ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਰੀਆ ਕਾਲ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂ ਐਸ ਏ ਟੀਵੀ ਮੈਂ ਬਰਨ ਕੌਰ ਮਾਨ ਪਹਿਲਾ ਨਜ਼ਰ ਪੌਦੇ ਹਾਂ ਕੁਝ ਖਾਸ ਖਬਰਾਂ ਦੇ ਅਮਰੀਕਾ 'ਚ ਗ੍ਰੀਨ ਕਾਰਡ ਦੇ ਬੈਕਲੌਗ ਨੂੰ ਘਟ ਕਰਨ ਦੇ ਲਈ ਬਿੱਲ ਪੇਸ਼ ਪਾਰਟੀਆਂ ਨੂੰ ਹੋਵੇਗਾ ਫਾਇਦਾ ਬਾਈਡਨ ਦੀ ਵਧੇਗੀ ਮੁਸ਼ਕਲ ਮਹਾਦੋਸ਼ ਜਾਂਚ ਦੇ ਲਈ ਸਦਨ ਵਿੱਚ ਜਲਦ ਹੋਵੇਗੀ VOTING 트럼ਪ ਨੇ ਬਾਈਡਨ ਤੇ ਨਿਸ਼ਾਨਾ ਸਾਧਿਆ ਅਮਰੀਕਾ ਜਾਣ ਵਾਲੇ ਇੰਡੀਅਨ ਪ੍ਰੋਫੈਸ਼ਨਲਸ ਦੇ ਲਈ ਖੁਸ਼ ਖਬਰੀ ਜਨਵਰੀ ਤੋਂ ਕਰਵਾ ਸਕਣਗੇ ਆਪਣਾ H1 ਵੀਜ਼ਾ ਰੀਨਿਊ ਬ੍ਰੈਮਟਨ ਚ ਇੱਕ ਵਿਅਕਤੀ ਉੱਤੇ ਹਮਲਾ ਕਰਨ ਵਾਲੇ ਚਾਰ ਪੰਜਾਬੀ ਲੜਕਿਆਂ ਦੀ ਭਾਲ ਕਰ ਰਹੀ ਹੈ ਪੁਲਿਸ ਅਮਰੀਕਾ ਚ 올ਡ ਏਜ ਹੋਮ ਦਾ ਖਰਚ ਨਹੀਂ ਸਹਿਣ ਕਰ پا ਰਹੇ ਨੇ ਲੋਕ ਪਰਤ ਰਹੇ ਨੇ ਆਪਣੇ ਆਪਣੇ ਘਰਾਂ ਨੂੰ ਵਾਪਸ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕ੍ਰੀਡਾ ਸਣੇ ਦੇਸ਼ ਵਿਦੇਸ਼ ਦੀਆਂ ਕਈ ਸਾਰੀਆਂ ਖਬਰਾਂ ਅਮਰੀਕਾ ਦੇ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਇੱਕ ਖਾਸ ਖਬਰ ਹੈ ਪ੍ਰੈਮੀਲਾ ਜੈਪਾਲ ਦੀ ਅਗਵਾਈ ਵਿੱਚ ਇੱਕ ਦੋ ਪੱਖੀ ਸਮੂਹ ਨੇ ਅਮਰੀਕੀ ਪ੍ਰਤੀਨਿਧ ਸਭਾ ਚ ਬਿੱਲ ਪੇਸ਼ ਕੀਤਾ ਜੋ ਰੁਸਕਾਰ ਅਧਾਰਿਤ ਗ੍ਰੀਨ ਕਾਰਡਾਂ ਦੇ ਤੇ ਪ੍ਰਤੀ ਦੇਸ਼ ਦੀ ਸੀਮਾ ਨੂੰ ਖਤਮ ਕਰੇਗਾ ਅਤੇ ਪਰਿਵਾਰ ਅਧਾਰਿਤ ਗ੍ਰੀਨ ਕਾਰਡ ਸੀਮਾ ਵਿੱਚ ਵਾਧਾ ਕਰੇਗਾ ਐਚ ਆਰ 6542 ਇੱਕ ਨਾਮਕ ਇਸ ਬਿੱਲ ਦਾ ਉਦੇਸ਼ ਗ੍ਰੀਨ ਕਾਰਡ ਬਿਨੇ ਕਾਰਾਂ ਦੇ ਲੰਬੇ ਸਮੇਤ ਰੁਕੇ ਬੈਕਲੌਗ ਨੂੰ ਹੱਲ ਕਰਨਾ ਹੈ ਖਾਸ ਤੌਰ ਤੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਜਿਨ੍ਹਾਂ ਨੂੰ ਸੰਯੁਕਤ ਰਾਜ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਦਹਾਕੀਆਂ ਤੋਂ ਉਡੀਕ ਕਰਨੀ ਪੈਂਦੀ ਹੈ ਜੈਪਾਲ ਨੇ ਇਮੀਗ੍ਰੇਸ਼ਨ ਵੌਇਸ ਦੀ ਇੱਕ ਟੈਗ ਕੀਤੀ ਪੋਸਟ ਦੇ ਨਾਲ ਲਿਖਿਆ ਸਾਡੀ ਇਮੀਗ੍ਰੇਸ਼ਨ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਇਮੀਗ੍ਰੇਸ਼ਨ ਵੀਜ਼ਾ ਬੈਕਲੌਗ ਦੇ ਸਖਤ ਪ੍ਰਭਾਵਾਂ ਨੂੰ ਘਟ ਕਰਨ ਦੇ ਲਈ ਜਿਹੜਾ ਹੈ ਮਹੱਤਮਪੂਰਨ ਦੋ ਪੱਖੀ ਬਿੱਲ ਦੀ ਅਗਵਾਈ ਕਰਨ ਵਿੱਚ ਮਦਦ ਕਰਨ ਤੇ ਮਾਣ ਮਹਿਸੂਸ ਕਰ ਰਹੀ ਹਾਂ ਅਸੀਂ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਅਗਲੇ ਹਫਤੇ ਹਿਲਦਾ ਦੌਰਾ ਕਰਨ ਦੀ ਉਮੀਦ ਕਰਦੇ ਹਾਂ ਅਤੇ ਦੱਸਾਂਗੇ ਕਿ ਇਹ ਦੋ ਪੱਖੀ ਬਿੱਲ ਇਸ ਕਾਂਗਰਸ ਨੂੰ ਪਾਸ ਕਰਨਾ ਕਿਉਂ ਜ਼ਰੂਰੀ ਹੈ ਹਾਲੀਆ ਯੂਐਸ ਜੀਡੀਪੀ ਅਨੁਸਾਰ ਭਾਰਤੀ ਪ੍ਰਵਾਸੀਆਂ ਦਾ 1% ਅਮਰੀਕੀ ਅਰਥ ਵਿਵਸਥਾ ਵਿੱਚ 6% ਯੋਗਦਾਨ ਪਾਉਂਦਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ 'ਚ ਵੱਜ ਸਕਦੀਆਂ ਨੇ ਇਹ ਸੰਕੇਤ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਮਾਈਕ ਨੇ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਰਿਪਬਲਿਕਨ ਜੋ ਬਾਈਡਨ ਦੇ ਵਿਰੁੱਧ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦੇ ਲਈ ਜਲਦੀ ਹੀ ਰਸਮੀ ਤੌਰ ਤੇ ਵੋਟ ਕਰ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਪ੍ਰਤੀਨਿਧੀ ਸਭਾ ਦਾ ਸਾਫਕਾ ਸਪੀਕਰ ਕੈਵਿਨ ਖਿਲਾਫ ਮਹਾ ਦੋਸ਼ ਲਿਆ ਸਕਦੀ ਹੈ ਇਸ ਦੇ ਨਾਲ ਹੀ ਬਾਈਡਨ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਅਮਰੀਕੀ ਸਦਨ ਦੇ ਸਪੀਕਰ ਮਾਈਕ ਨੇ ਕਿਹਾ ਹੈ ਕਿ ਸੰਕੇਤ ਦਿੱਤੇ ਨੇ ਕਿ ਰਿਪਬਲਿਕਨ ਬਾਈਡਨ ਤੇ ਮਹਾ ਦੋਸ਼ ਦੀ ਜਾਂਚ ਸ਼ੁਰੂ ਕਰਨ ਦੇ ਲਈ ਰਸਮੀ ਤੌਰ ਤੇ VOTING ਦੇ ਨੇੜੇ ਨੇ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਸਾਨੂੰ ਕੁਝ ਕਰਨਾ ਪਏਗਾ ਜੀਓਪੀ ਸੰਮੇਲਨ ਦੀ ਚੇਅਰ ਔਰ ਵਿਮਨ ਐਲਿਸ ਨੇ ਨਾਲ ਮੌਜੂਦ ਮਾਈਕ ਨੇ ਭਰੋਸਾ ਪ੍ਰਗਟਾਇਆ ਦੀ ਜਾਂਚ ਨੂੰ ਅਧਿਕਾਰਿਤ ਕਰਨ ਦੇ ਲਈ ਲੋੜਿੰਦੀਆਂ ਵੋਟਾਂ ਸਨ ਉਹਨਾਂ ਨੇ ਕਿਹਾ ਕਿ ਵਾਈਟ ਹਾਊਸ ਤੋਂ ਜਾਣਕਾਰੀ ਲੈਣ ਦੇ ਲਈ ਇਹ ਜ਼ਰੂਰੀ ਕਦਮ ਸੀ ਮਾਈਕ ਜான்ਸਨ ਨੇ ਕਿਹਾ ਕਿ ਐਲਿਸ ਅਤੇ ਮੈ ਦੋਵਾ ਨੇ ਦੋ ਵਾਰ ਡੋਨਲਡ ਟਰੰਪ ਦੀ ਮਹਾਦੋਸ਼ ਰੱਖਿਆ ਟੀਮ 'ਚ ਸੇਵਾ ਕੀਤੀ ਜਦੋਂ ਡੈਮੋਕ੍ਰੇਟਸ ਨੇ ਇਸ ਦੀ ਵਰਤੋਂ ਪੱਖਪਾਤੀ ਰਾਜਨੀਤਿਕ ਉਦੇਸ਼ਾਂ ਲਈ ਕੀਤੀ ਤੁਹਾਨੂੰ ਦੱਸ ਦੇ ਕਿ ਕੈਵਨ ਨੇ ਦੋਸ਼ ਲਗਾਇਆ ਹੈ ਕੀ ਰਿਪਬਲਿਕਨ ਪਾਰਟੀ ਨੇ ਰਾਸ਼ਟਰਪਤੀ ਬਾਈਡਨ ਤੇ ਕਈ ਗੰਭੀਰ ਅਤੇ ਭਰੋਸੇਯੋਗ ਦੋਸ਼ਾਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਇਹ ਦੋਸ਼ ਜੋ ਬਾਈਡਨ ਦੇ بیٹے ਹੰਟਰ ਬਾਈਡਨ ਦੇ ਵਿਦੇਸ਼ੀ ਕਾਰੋਬਾਰ ਦੇ ਨਾਲ ਸੰਬੰਧਿਤ ਨੇ ਹਾਲਾਂਕਿ ਜਾਂਚ ਦਾ ਕਿਰਾ ਅਜੇ ਸਪਸ਼ਟ ਨਹੀਂ ਹੈ ਰਾਸ਼ਟਰਪਤੀ ਬਾਈਡਨ ਨੇ ਦੋਸ਼ਾਂ ਨੂੰ ਰੱਦ ਕਰਦੇ ਹਾਂ ਕਿਆਂ ਕਿ ਉਹਨਾਂ ਨੇ ਕਦੇ ਵੀ ਹੰਟਰ ਬਾਈਡਨ ਦੇ ਕਾਰੋਬਾਰੀ ਭਾਈਵਾਲਾਂ ਦੇ ਨਾਲ ਵਪਾਰ ਵਾਰੀ ਗੱਲ ਨਹੀਂ ਕੀਤੀ ਸਤੰਬਰ 2000 ਤੇ ਵਿੱਚ ਜਦੋਂ ਬਾਈਡਨ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਬਾਈਡਨ ਨੇ ਕਿਹਾ ਸੀਗਾ ਕਿ ਕਟੜਪੰਥੀ ਰਿਪਬਲਿਕਨ ਪਾਰਟੀ ਦੇ ਨੇਤਾ ਉਸਤੇ ਮਹਾਦੋਸ਼ ਲਗਾ ਕੇ ਸਰਕਾਰ ਨੂੰ ਸਿੱਟਣਾ ਚਾਹੁੰਦੇ ਨੇ ਦਰਅਸਲ ਰਿਪਬਲਿਕਨ ਪਾਰਟੀ ਦੇ ਨੇਤਾ ਕਈ ਮਹੀਨਿਆਂ ਤੋਂ ਜੋ ਬਾਈਡਨ ਅਤੇ ਉਹਨਾਂ ਦੇ بیٹے ਹੰਟਰ ਦੇ ਵਪਾਰਕ ਸੌਦਿਆਂ ਦੀ ਜਾਂਚ ਕਰ ਰਹੇ ਨੇ ਉਹ ਮਹਾਦੋਸ਼ ਦੇ ਆਧਾਰ ਦੇ ਲਈ ਸਬੂਤ ਇਕੱਠੇ ਕਰ ਰਹੇ ਨੇ ਹਾਲਾਂਕਿ ਰਿਪਬਲਿਕਨ ਜਾਂਚ ਵਿੱਚ ਹੁਣ ਤੱਕ ਕੁਝ ਵੀ ਠੋਸ ਸਾਹਮਣੇ ਨਹੀਂ ਆਇਆ ਹੈ ਇਸ ਦੇ ਨਾਲ ਹੀ ਪੂਰੇ ਸਦਨ ਨੇ ਅਜੇ ਤੱਕ ਮਹਾਦੋਸ਼ ਜਾਂਚ ਨੂੰ ਰਸਮੀ ਤੌਰ ਤੇ ਅਧਿਕਾਰਿਤ ਕਰਨ ਲਈ ਵੋਟਿੰਗ ਨਹੀਂ ਕੀਤੀ ਹੈ। ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵਰਤਮਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਨਿਸ਼ਾਨਾ ਸੇਧ ਦਿਆਂ ਉਹਨਾਂ ਨੂੰ ਲੋਕਤੰਤਰ ਦਾ ਨਾਸ਼ਕ ਘਰਾਰ ਦਿੱਤਾ ਸਨ 2020 ਦੇ ਚੋਣ ਨਤੀਜੇ ਪਲਟਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 트੍ਰੰਪ ਨੇ ਕਿਹਾ ਕਿ ਬਾਈਡਨ ਨੇ ਅਮਰੀਕੀ ਲੋਕਤੰਤਰ ਨੂੰ ਖਤਮ ਕਰ ਦਿੱਤਾ ਹੈ 트੍ਰੰਪ ਨੇ ਕਿਹਾ ਕਿ ਬਾਈਡਨ ਉਹਨਾਂ ਖਿਲਾਫ ਫੈਡਰਲ ਜਸਟਿਸ ਢਾਂਚੇ ਦੀ ਦੁਰਵਰਤੋਂ ਕਰ ਰਹੇ ਸਨ ਤੇ ਇਸੇ ਤਹਿਤ ਅਪਰਾਧਕ ਮੁਕੱਦਮੇ ਚਲਾਏ ਜਾ ਰਹੇ ਨੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਜੋ ਬਾਈਡਨ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਸਰਕਾਰ ਨੂੰ ਵਰਤ ਰਹੇ ਨੇ ਤੇ ਬਦਲਾਖੋਰੀ ਦੀ ਸਿਆਸਤ ਪਾਰੂ ਹੈ ਸਾਕਰ ਰਾਸ਼ਟਰਪਤੀ ਨੇ ਕਿਆ ਕਿ ਅਮਰੀਕੀ ਲੋਕ ਫਾਸ਼ੀਵਾਦੀਆਂ ਨੂੰ ਪਸੰਦ ਨਹੀਂ ਕਰਦੇ ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸ਼ਲਾਘਾ ਕੀਤੀ ਟਰੰਪ ਨੇ ਕਿਹਾ ਕਿ ਚੀਨ ਵਿੱਚ ਨਸ਼ਾ ਤਸਕਰਾਂ ਨੂੰ ਤੁਰੰਤ ਮੌਤ ਦੀ ਸਜ਼ਾ ਮਿਲਦੀ ਹੈ ਅਤੇ ਉਹਨਾਂ ਦਾ ਅਪਰਾਧਕ ਨਿਆ ਢਾਂਚਾ ਬਿਹਤਰ ਹੈ ਉਹਨਾਂ ਨੇ ਕਿਹਾ ਕਿ ਉੱਤਰੀ ਕੋਰੀਆ ਦਾ ਆਗੂ ਕਿਮ ਜੋਂਗ ਵੀ ਉਹਨਾਂ ਨੂੰ ਪਸੰਦ ਕਰਦਾ ਹੈ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਇਨ੍ਹਾਂ ਰਿਸ਼ਤਿਆਂ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ਉਹਨਾਂ ਲੋਕਾਂ ਨਾਲ ਸੁਖਾਵੇ ਰਿਸ਼ਤੇ ਰੱਖਣਾ ਚੰਗਾ ਹੈ ਜਿਨ੍ਹਾਂ ਕੋਲ ਪਰਮਾਣੂ ਹਥਿਆਰ ਨੇ ਭਾਸ਼ਣ ਵਿੱਚ 트럼ਪ ਨੇ ਕਈ ਵਾਰ ਦੁਹਰਾਇਆ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਹਨਾਂ ਨੂੰ heira-pheri ਨਾਲ ਹਰਾਇਆ ਗਿਆ ਸੀ ਹਾਲਾਂਕਿ ਨਾ ਦਾਅਵਿਆਂ ਲਈ ਸਾਬਕਾ ਰਾਸ਼ਟਰਪਤੀ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਵਿਦੇਸ਼ ਵਿਭਾਗ ਨੇ ਕਿਹਾ 2000 H1B ਵਿਸ਼ੇਸ਼ ਕਾਰੋਬਾਰ ਦੇ ਭਾਰਤੀ ਪੇਸ਼ੇਵਰ ਅਤੇ ਕਰਮਚਾਰੀ ਅਗਲੇ ਸਾਲ ਜਨਵਰੀ ਤੋਂ ਆਪਣੇ ਵੀਜ਼ਾ ਰੀਨਿਊ ਕਰਵਾ ਸਕਣਗੇ ਦੱਸਦੀ ਕਿ ਇਸ ਸਾਲ ਜੂਨ ਚ ਵਾਈਟ ਹਾਊਸ ਵੱਲੋਂ H1B ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਦੇ ਘਰੇਲੂ ਨਵੀਨੀਕਰਨ ਦੇ ਲਈ ਪਾਇਲਟ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ ਵੀਜ਼ਾ ਨਵੀਨੀਕਰਨ ਦੇ ਲਈ ਇਹ ਪਾਇਲਟ ਪ੍ਰੋਗਰਾਮ ਉਹਨਾਂ ਕਈ ਉਪਾਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਵਿਦੇਸ਼ ਵਿਭਾਗ ਅਮਰੀਕਾ ਦੀ ਯਾਤਰਾ ਲਈ ਉਡੀਕ ਸਮੇਂ ਨੂੰ ਘਟਾਉਣ ਦੇ ਉਦੇਸ਼ ਦੇ ਨਾਲ ਜੋੜਨਾ ਜਾਂ ਜਾਰੀ ਰੱਖਣਾ ਹੁੰਦਾ ਹੈ ਇਸ ਨਾਲ H1B ਧਾਰਕਾਂ ਨੂੰ ਅਮਰੀਕਾ ਤੋਂ ਬਾਹਰ ਯਾਤਰਾ ਕਰਨ ਦੀ ਬਜਾਏ ਵਿਦੇਸ਼ ਵਿਭਾਗ ਨੂੰ ਡਾਕ ਅਹੀਂ ਆਪਣੇ ਵੀਜ਼ਾ ਰੀਨਿਊ ਕਰਨ ਦੀ ਆਗਿਆ ਮਿਲੇਗੀ ਅਤੇ ਵਾਪਸ ਆਉਣ ਤੋਂ ਪਹਿਲਾਂ ਅਮਰੀਕੀ ਕੌਂਸਲਰ ਦਫ਼ਤਰ ਵਿੱਚ ਮੁਲਾਕਾਤ ਦੇ ਲਈ ਅਣਮਿੱਥੇ ਸਮੇਂ ਲਈ ਉਡੀਕ ਸਮੇਂ ਦਾ ਸਾਹਮਣਾ ਕਰਨਾ ਪੈਗਾ ਕੌਂਸਲਰ ਮਾਮਲਿਆਂ ਦੀ ਡਿਪਟੀ ਅਸਿਸਟੈਂਟ ਸੈਕਟਰੀ ਜੂਲੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸਾਨੂੰ ਸੱਚ ਨੂੰ ਇਸ ਧਾਰਨਾ ਨੂੰ ਸਾਬਤ ਕਰਨ ਦੀ ਜ਼ਰੂਰਤ ਹੈ ਕਿ ਇਹ ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਇੱਕ ਵੱਡੇ ਸਮੂਹ ਵਿੱਚ ਫੈਲਾਉਣ ਤੋਂ ਪਹਿਲਾਂ ਕੰਮ ਕਰਦੇ ਹਾਂ ਇੱਥੇ ਰਹਿਣ ਵਾਲਿਆਂ ਲਈ ਇਹ ਇੱਕ ਵੱਡਾ ਬਦਲਾਅ ਹੈ ਪਹਿਲਾਂ ਉਹਨਾਂ ਨੂੰ ਅਮਰੀਕਾ ਛੱਡਣਾ ਪੈਂਦਾ ਸੀ ਜਿਹੜਾ ਵੀਜ਼ਾ ਬੈਕਲੌਗ ਕਾਰਨ ਕੁਝ H1B ਕਾਮਿਆਂ ਨੇ ਅਪੁਆਇੰਟਮੈਂਟਾਂ ਨੂੰ ਸੁਰੱਖਿਅਤ ਕਰਨ ਲਈ ਘੱਟ ਬੈਕਲੌਗ ਵਾਲੇ ਨੇੜਲੇ ਦੇਸ਼ਾਂ ਦੀ ਯਾਤਰਾ ਕਰਨ ਵਰਗੇ ਕੰਮ ਅਪਣਾਏ ਨੇ ਸਰਟਫਟ ਦੇ ਅਨੁਸਾਰ ਕਰੇਲੂ ਨਵਯਉਣ ਦਾ ਵਿਕਲਪ ਭਾਰਤ ਦੇ ਨਾਲ ਨਾਲ ਉਹਨਾਂ ਦੇਸ਼ਾਂ ਵਿੱਚ ਕਾਉਂਸਲਰ ਦਫ਼ਤਰਾਂ ਦੀ ਮਦਦ ਕਰੇਗਾ ਬ੍ਰੈਂਟਨ ਵਿੱਚ ਕੀਤੇ ਗਏ ਹਮਲੇ ਦੇ ਸੰਬੰਧ ਵਿੱਚ ਪੀਲ ਪੁਲਿਸ ਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਚਾਰ ਪੰਜਾਬੀ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਇਹਨਾਂ ਚਾਰਾਂ ਲੜਕੀਆਂ ਨੂੰ ਲੱਭਣ ਦੇ ਲਈ ਪੁਲਿਸ ਵੱਲੋਂ ਜਨਤਾ ਨੂੰ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ ਹੈ 8 ਸਤੰਬਰ ਨੂੰ ਰਾਤੀ 1:20 ਮਿੰਟ ਦੇ ਨੇੜੇ ਤੇੜੇ ਇੱਕ ਵਿਅਕਤੀ ਜਿਹੜਾ ਹੈ ਉਹ ਜਾ ਰਿਹਾ ਸੀ ਤੇ ਇਲਾਕੇ 'ਚ ਉਹ ਜਿਹੜਾ ਮੌਜੂਦ ਸੀ ਜਦੋਂ ਕਥਿਤ ਤੌਰ 'ਤੇ ਕਈ ਲੋਕਾਂ ਨੇ ਉਸਤੇ ਹਮਲਾ ਕਰ ਦਿੱਤਾ ਫਿਰ ਪੁਲਿਸ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਉਹ ਫਰਾਰ ਹੋ ਗਏ ਉਸ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਉਹ ਜਾਨਲੇਵਾ ਨਹੀਂ ਸਨ ਤੇ ਉਸ ਨੂੰ ਇਲਾਜ ਦੇ ਲਈ ਲੋਕਲ ਹਸਪਤਾਲ ਲਿਜਾਇਆ ਗਿਆ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਚਾਰ مشਕੂਕਾਂ ਨੂੰ ਲੱਭ ਰਹੀ ਹੈ ਜਿਹੜੇ ਅਜੇ ਤੱਕ ਹੱਥ ਨਹੀਂ ਆਏ ਜਿਨ੍ਹਾਂ ਦੀ ਪੁਲਿਸ ਨੂੰ ਭਾਲ ਹੈ ਉਹਨਾਂ ਵਿੱਚ 22 ਸਾਲਾ ਆਫਤਾਬ ਗਿਲ ਬ੍ਰੈਂਟਨ ਦਾ 22 ਸਾਲਾ ਹਰਮਨਦੀਪ ਸਿੰਘ ਬ੍ਰੈਂਟਨ ਦਾ 25 ਸਾਲਾ ਜਤਿੰਦਰ ਸਿੰਘ ਤੇ ਬ੍ਰੈਂਟਨ ਦਾ ਹੀ 30 ਸਾਲਾ ਸਤਨਾਮ ਸਿੰਘ ਸ਼ਾਮਲ ਨੇ ਅਮਰੀਕਾ ਵਿੱਚ ਬਜ਼ੁਰਗਾਂ ਦੀ ਦੇਖਭਾਲ ਕਰਨਾ ਮਹਿੰਗਾ ਹੁੰਦਾ ਜਾ ਰਿਹਾ 올ਡ ਏਜ ਹੋਮ ਦਾ ਕਿਰਾਇਆ ਵੱਧ ਗਿਆ ਹੈ ਜਿਸ ਕਾਰਨ ਬਜ਼ੁਰਗ ਘਰ ਪਰਤ ਰਹੇ ਨੇ ਪਰ ਪੂਰੇ ਪਰਿਵਾਰ ਲਈ ਘਰ ਛੋਟੇ ਹੁੰਦੇ ਜਾ ਰਹੇ ਨੇ ਜਿਸ ਕਾਰਨ ਪਰਿਵਾਰ ਵੀ ਟੁੱਟ ਰਹੇ ਨੇ ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਲਈ ਦੋਸਤ ਅਤੇ ਰਿਸ਼ਤੇਦਾਰ ਸਮੂਹਿਕ ਪ੍ਰਬੰਧ ਕਰ ਰਹੇ ਨੇ ਜਿੱਤੇ ਉਹਨਾਂ ਦੇ ਪਰਿਵਾਰ ਦੇ ਬਜ਼ੁਰਗ ਰਹਿ ਸਕਦੇ ਨੇ ਵੱਧਦੀ ਮਹਿੰਗਾਈ ਦਰਮਿਆਨ ਸਰਕਾਰੀ ਸਹਾਇਤਾ ਵੀ ਕਾਫੀ ਘਟ ਗਈ ਹੈ ਜੇਕਰ ਉਹ ਗਰੀਬੀ ਰੇਖਾ ਤੋਂ ਹੇਠਾਂ ਨਹੀਂ ਆਉਂਦੇ ਤਾਂ ਉਹਨਾਂ ਨੂੰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲਦੀ ਦੂਜੇ ਪਾਸੇ ਬਜ਼ੁਰਗਾਂ ਦੀ ਦੇਖਭਾਲ ਦੇ ਨਿਯੁਕਤ ਕੀਤੇ ਗਏ ਲੋਕਾਂ ਦੀਆਂ ਤਨਖਾਹਾਂ ਘਟਣੇ ਜਿਸ ਕਾਰਨ ਉਹ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਲਈ ਤਿਆਰ ਨਹੀਂ ਹਨ ਅਜਿਹੇ ਚ ਬਜ਼ੁਰਗ ਆਪਣੇ ਪਰਿਵਾਰ ਤੇ ਨਿਰਭਰ ਨੇ ਪਰ ਉਹ ਉਹਨਾਂ ਦੀ ਦੇਖਭਾਲ ਕਰਨ ਦੇ ਯੋਗ ਨਹੀਂ ਹਨ ਇੱਕ ਵਿਰਧ ਆਸ਼ਰਮ ਦੇ ਵਿੱਚ ਬਜ਼ੁਰਗਾਂ ਦੀ ਦੇਖਭਾਲ ਦਾ ਖਰਚਾ ਅੱਜਕੱਲ ਲਗਭਗ 2500 ਰੁਪਏ ਪ੍ਰਤੀ ਘੰਟਾ ਹੈ ਬਿਊਰੋ ਆਫ ਲੇਬਰ ਸਟੈਟਿਸ ਦੇ ਅਨੁਸਾਰ 2022 ਵਿੱਚ ਲਗਭਗ 3.7 ਮਿਲੀਅਨ ਲੋਕਾਂ ਕੋਲ ਦੇਖਭਾਲ ਸਹਾਇਕ ਵਜੋਂ ਨੌਕਰੀਆਂ ਸਨ ਇਹਨਾਂ ਵਿੱਚੋਂ ਅੱਧੇ ਪ੍ਰਤੀ ਸਾਲ 25 ਲੱਖ ਰੁਪਏ ਜਾਂ ਪ੍ਰਤੀ ਘੰਟਾ 1200 ਰੁਪਏ ਤੋਂ ਘੱਟ ਕਮਾ ਰਹੇ ਸਨ ਅਗਲੇ ਦਹਾਕੇ ਵਿੱਚ ਅਜਿਹੇ ਲੋਕਾਂ ਦੀ ਗਿਣਤੀ 20% ਦੀ ਵਾਧਾ ਹੋਣ ਦੀ ਸੰਭਾਵਨਾ ਹੈ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਾਜ਼ਾ ਵਿੱਚ ਮਾਰੇ ਫਲਸਤੀਨੀਆ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ ਕਮਲਾ ਹੈਰਿਸ ਨੇ ਕਿਹਾ ਕਿ ਜੰਗਬੰਦੀ ਖਤਮ ਹੋਣ ਤੋਂ ਬਾਅਦ ਇਜ਼ਰਾਈਲੀ ਲੜਾਕੂ ਜਹਾਜ਼ ਅਤੇ ਤੋਪਖਾਨੇ ਨੇ ਸ਼ਨੀਵਾਰ ਨੂੰ ਗਾਜ਼ਾ ਤੇ ਭਾਰੀ ਬੰਬਾਰੀ ਕੀਤੀ ਜਿਸ ਨਾਲ ਕਈ ਬੇਕਸੂਰ ਫਲਸਤੀਨੀ ਮਾਰੇ ਗਏ ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਅਤੇ ਮਾਨਵਤਾਵਾਦੀ ਕਾਨੂੰਨ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਗਾਜ਼ਾ ਵਿੱਚ ਕਈ ਬੇਕਸੂਰ ਫਲਸਤੀਨੀ ਮਾਰੇ ਗਏ ਕਮਲਾ ਹੈਰਿਸ਼ ਨੇ ਦੁਬਈ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚ ਕਹਾਤਾ ਲੋਕਾਂ ਦੇ ਦੁੱਖਾਂ ਦਾ ਪੱਦਰ ਅਤੇ ਗਾਜ਼ਾ ਤੋਂ ਆ ਰਹੀਆਂ ਤਸਵੀਰਾਂ ਅਤੇ ਵੀਡੀਓ ਦਿਲ ਦਹਿਲਾ ਦੇਣ ਵਾਲੀਆਂ ਹਨ ਅਮਰੀਕੀ ਉਪਰਾਸ਼ਟਪਤੀ ਨੇ ਕਿਹਾ ਹੈ ਕਿ ਅਸੀਂ ਗਾਜ਼ਾ ਅਤੇ ਵੈਸਟ ਬੈਂਕ ਨੂੰ ਫਲਸਤੀਨੀ ਅਥਾਰਟੀ ਦੇ ਤਹਿਤ ਇੱਕਿਕ੍ਰਿਤ ਦੇਖਣਾ ਚਾਹੁੰਦੇ ਹਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮਾਸ ਨੂੰ ਹੁਣ ਗਾਜ਼ਾ ਤੇ ਰਾਜ ਨਹੀਂ ਕਰਨਾ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਕਮਾਂਤਰੀ ਭਾਈ ਜਾਰੀ ਨੂੰ ਸੁਧਾਰਾਂ ਦਾ ਸਮਰਥਨ ਕਰਨਾ ਚਾਹੀਦਾ ਇੱਥੇ ਫਲਸਤੀਨੀ ਦੀ ਸੁਰੱਖਿਆ ਬਲਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਇੱਥੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਜੰਗਬੰਦੀ ਖਤਮ ਹੋਣ ਤੋਂ ਬਾਅਦ ਘੱਟੋ ਘੱਟ 193 ਫਲਸਤੀਨੀ ਨਾਗਰਿਕ ਮਾਰੇ ਗਏ ਅਤੇ ਯੁੱਧ ਸ਼ੁਰੂ ਹੋਣ ਤੋਂ ਬਾਅਦ 15000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇੱਕ ਹਫ਼ਤੇ ਤੋਂ ਚੱਲੀ ਜੰਗਬੰਦੀ ਖਤਮ ਹੋ ਗਈ ਜਿਸ ਤੋਂ ਬਾਅਦ ਗਾਜ਼ਾ ਵਿੱਚ ਫਿਰ ਤੋਂ ਹਮਲੇ ਸ਼ੁਰੂ ਹੋ ਗਏ ਇਸ ਦੇ ਨਾਲ ਹੀ ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਸਥਿਤ ਵਾਤਾਵਰਣ ਜਥੇਬੰਦੀ ਇਕੋ ਸਿੱਖ ਦੁਬਈ ਵਿੱਚ ਹੋ ਰਹੀ ਸੰਸਾਰ ਪੱਧਰ ਤੇ ਧਰਤੀ ਨੂੰ ਬਚਾਉਣ ਦੇ ਲਈ ਸੱਦੀ ਗਈ ਮੀਟਿੰਗ ਸੀਓਪੀ 28 ਵਿੱਚ ਪੰਜਾਬ ਅਤੇ ਭਾਰਤ ਵਿੱਚ ਯੋਗਦਾਨ ਨੂੰ ਪੇਸ਼ ਕਰੇਗੀ ਇਸ ਮੀਟਿੰਗ ਤੋਂ ਪਹਿਲਾਂ ਜਥੇਬੰਦੀ ਨੇ 850 ਪਵਿੱਤਰ ਜੰਗਲਾਂ ਨੂੰ ਲਗਾਉਣ ਦਾ ਕੰਮ ਸਫਲਤਾਪੂਰਵਕ ਪੂਰਾ ਕੀਤਾ ਸੋਮਵਾਰ ਨੂੰ ਸਿੱਖ ਧਰਮ ਦੇ ਵਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਕੋ ਸਿੱਖ ਨੇ ਲੁਧਿਆਣਾ ਦੇ ਕੇਂਦਰ ਵਿੱਚ 1313 ਰੁੱਖਾਂ ਦਾ ਆਪਣਾ 850ਵਾਂ ਪਵਿੱਤਰ ਜੰਗਲ ਲਗਾਇਆ 18 ਦੁਬਈ ਸੰਯੁਕਤ ਅਰਬ ਅਮੀਰਾਤ ਵਿੱਚ ਹੋ ਰਿਹਾ ਹੈ ਜਿਸ ਵਿੱਚ 60000 80000 ਡੈਲੀਗੇਟਾਂ ਅਤੇ 140 ਤੋਂ ਵੱਧ ਦੇਸ਼ਾਂ ਦੇ ਮੁਖੀ ਵੀ ਸ਼ਾਮਲ ਹੋ ਰਹੇ ਨੇ ਇਕੋ ਸਿੱਖ ਦੇ ਗਲੋਬਲ ਪ੍ਰਧਾਨ ਡਾਕਟਰ ਰਾਜਵੰਤ ਸਿੰਘ ਨੂੰ ਕਾਨਫਰੰਸ ਦੇ ਮੁਖੀ ਵੱਲੋਂ ਖਾਸ ਸੱਦਿਆ ਗਿਆ ਸ਼ਹਿਰਾਂ ਦੇ ਵਿਗੜ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਇੱਕ ਖਾਸ ਗੱਲਬਾਤ ਦੇ ਦੌਰਾਨ ਡਾਕਟਰ ਸਿੰਘ ਇਕੋ ਸਿੱਖ ਵੱਲੋਂ ਲਾਏ ਜਾ ਰਹੇ ਗੁਰੂ ਨਾਨਕ ਪਵਿੱਤਰ ਜੰਗਲ ਦੇ ਫਾਇਦੇ ਪੇਸ਼ ਕਰਨਗੇ ਇਕੋਸਿਕ ਨੇ ਮਿਆਵਾਕੀ ਵਿਧੀ ਦੀ ਵਰਤੋਂ ਕਰਦੇ ਹੋਏ ਪੂਰੇ ਭਾਰਤ ਵਿੱਚ ਪਵਿੱਤਰ ਜੰਗਲ ਲਗਾਏ ਨੇ ਇਨ੍ਹਾਂ ਪਵਿੱਤਰ ਜੰਗਲਾਂ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਮਹੀਨਿਆਂ ਦੇ ਅੰਦਰ ਜੈਵ ਵਿਭਿੰਨਤਾ ਨੂੰ ਆਕਰਸ਼ਿਤ ਕਰਦੇ ਨੇ ਅਤੇ ਸ਼ਹਿਰਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸਥਾਨਕ ਵਾਤਾਵਰਣ ਅਸੰਤੁਲਨ ਨੂੰ ਬਹਾਲ ਕਰਨ ਵਿੱਚ ਮਦਦ ਕਰਦੇ ਨੇ ਹੁਣ ਤੱਕ 850 ਗੁਰੂ ਨਾਨਕ ਪਵਿੱਤਰ ਵਣ ਲਗਾਏ ਜਾ ਚੁੱਕੇ ਨੇ ਅਤੇ ਹਰੇਕ ਜੰਗਲ ਵਿੱਚ ਦੇਸੀ ਪ੍ਰਜਾਤੀਆਂ ਦੇ 550 ਰੁੱਖ ਨੇ ਇੱਕੋ ਸਿੱਖ ਨੂੰ ਦਿੱਤੇ ਸੱਦੇ ਤੇ ਅਮੀਨ ਨੇ ਕਿਹਾ ਸੀ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦੇ ਲਈ ਕਾਰਵਾਈ ਦੇ ਸਮਹੱਤਮਪੂਰਣ ਮੌਕੇ ਵਿੱਚ ਯੋਗਦਾਨ ਪਾਉਣ ਦੇ ਲਈ ਯੂਏ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਨਾਸਾ ਦੀ ਪੁਲਾੜ ਯਾਤਰੀ ਮੈਰੀ ਕਲੀਵ ਜੋ 1999 ਵਿੱਚ ਚੈਲੈਂਜਰ ਆਫਤ ਤੋਂ ਬਾਅਦ ਪੁਲਾੜ ਸ਼ਟਲ ਮਿਸ਼ਨ ਤੇ ਉਡਣ ਵਾਲੀ ਪਹਿਲੀ ਔਰਤ ਬਣੀ ਸੀ ਦੀ ਬੀਤੇ ਦਿਨ 76 ਸਾਲ ਦੀ ਉਮਰ 'ਚ ਮੌਤ ਹੋ ਗਈ। ਮੌਦਾ ਕਾਰਨ ਫਲਹਾਲ ਨਹੀਂ ਦੱਸਿਆ ਗਿਆ। NASA ਦੇ ਐਸੋਸੀਏਟ ਪ੍ਰਸ਼ਾਸਕ ਬੌਬ ਨੇ ਇੱਕ ਬਿਆਨ 'ਚ ਕਿਹਾ ਮੈਂ ਦੁਖੀ ਹਾਂ ਕਿ ਅਸੀਂ ਟ੍ਰੇਲ ਬਲੇਜ਼ਰ ਡਾਕਟਰ ਮੈਰੀ ਸ਼ਟਲ ਪੁਲਾੜ ਯਾਤਰੀ 2 ਪੁਲਾੜ ਉਡਾਣਾਂ ਦੀ ਅਨੁਭਵੀ ਅਤੇ ਵਿਗਿਆਨ ਮਿਸ਼ਨ ਡਾਇਰੈਕਟਰ ਰੇਟ ਦੇ ਸਹਾਇਕ ਪ੍ਰਸ਼ਾਸਕ ਵਜੋਂ ਅਗਵਾਈ ਕਰਨ ਵਾਲੀ ਪਹਿਲੀ ਔਰਤ ਨੂੰ ਗਵਾ ਦਿੱਤਾ। ਉਹਨਾਂ ਨੇ ਅੱਗੇ ਕਿਹਾ ਮੇਰੀ ਵਿਗਿਆਨ ਖੋਜ ਅਤੇ ਸਾਡੇ ਗ੍ਰਹਿ ਜਿਹੜੇ ਨੇ ਉਸਦੀ ਦੇਖਭਾਲ ਦੇ ਗਰੇ ਗਰੇ ਦੀ ਦੇਖਪਾਲ ਦੇ ਲਈ جنੂਨ ਵਾਲੀ ਔਰਤ ਸੀ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਚਾਹੀਦਾ ਕਲੀਵ ਦੇ ਬਿਆਨ ਦੇ ਅਨੁਸਾਰ ਉਹ ਗ੍ਰੇਟ ਨੇਕ ਨਿਊਯਾਰਕ ਦੀ ਵਸਨੀਕ ਸੀ ਉਸਨੇ ਮਾਈਕਰੋ ਬਾਇਓਲ ਇਕੋਲੋਜੀ ਵਿੱਚ ਮਾਸਟਰ ਅਤੇ ਯੂਟਾਹ ਸਟੇਟ ਯੂਨੀਵਰਸਿਟੀ ਤੋਂ ਸਿਵਲ ਅਤੇ ਵਾਤਾਵਰਣ ਇੰਜੀਨੀਅਰਿੰਗ ਦੇ ਵਿੱਚ ਡਾਕਟੋਰੇਟ ਹਾਸਲ ਕਰਨ ਤੋਂ ਪਹਿਲਾਂ ਕੋਲੋਰਾਡੋ ਸਟੇਟ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਦਾ ਅਧਿਐਨ ਕੀਤਾ ਸੀ ਉਸਨੇ 2002 ਵਿੱਚ ਨਾਸਾ ਦੇ ਔਰਲ ਹਿਸਟਰੀ ਪ੍ਰੋਜੈਕਟ ਨੂੰ ਦੱਸਿਆ ਕਿ ਉਹ ਵਟੇ ਹੋ ਕੇ ਉੱਡਦੇ ਹਵਾਈ ਜਹਾਜ਼ਾਂ ਨਾਲ ਮੋਹਿਤ ਸੀ ਅਤੇ ਉਸਨੇ ਆਪਣੇ ਡਰਾਈਵਰ ਲਾਇਸੈਂਸ ਤੋਂ ਪਹਿਲਾਂ ਪਾਇਲਟ ਦਾ ਲਾਇਸੈਂਸ ਹਾਸਲ いいかし。 ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਗਾਜ਼ਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਨ ਯੂਨਿਸ ਤੇ ਆਲੇ ਦੁਆਲੇ ਦੇ ਹੋਰ ਖੇਤਰਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਹੈ ਉੱਤਰੀ ਗਾਜ਼ਾ ਵਿੱਚ ਹਮਲੇ ਤੋਂ ਬਾਅਦ ਇਜ਼ਰਾਈਲ ਫੌਜ ਨੇ ਹੁਣ ਦੱਖਣੀ ਗਾਜ਼ਾ ਵੱਲ ਰੁੱਖ ਕਰ ਲਿਆ ਹੈ ਫੌਜ ਦਾ ਕਹਿਣਾ ਹੈ ਕਿ ਹਮਾਸ ਦੇ ਕਈ ਨੇਤਾ ਉੱਥੇ ਲੁਕੇ ਹੋਏ ਨੇ ਇਜ਼ਰਾਈਲ ਦੀ ਭਾਰੀ ਹਵਾਈ ਅਤੇ ਜ਼ਮੀਨੀ ਮੁਹਿੰਮ ਦੇ ਕੇਂਦਰ ਵਿੱਚ ਰਹੇ ਖਾਨ ਯੂਨਿਸ ਅਤੇ ਦੱਖਣੀ ਸ਼ਹਿਰ ਰਫਾ ਦੇ ਨਾਲ-ਨਾਲ ਉੱਤਰ ਦੇ ਕੁਝ ਹਿੱਸਿਆਂ ਵਿੱਚ ਰਾਤ ਭਰ ਅਤੇ ਐਤਵਾਰ ਨੂੰ ਭਾਰੀ ਗੋਲੀਬਾਰੀ ਦੀ ਰਿਪੋਰਟ ਕੀਤੀ ਗਈ 2 ਮਹੀਨਿਆਂ ਤੋਂ ਜਾਰੀ ਲੜਾਈ ਦੇ ਸ਼ੁਰੂਆਤੀ ਦਿਨਾਂ ਵਿੱਚ ਇਜ਼ਰਾਈਲ ਬਲਾਂ ਦੁਆਰਾ ਨਾਗਰਿਕਾਂ ਨੂੰ ਉੱਤਰੀ ਗਾਜ਼ਾ ਛੱਡਣ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਖੇਤਰ ਦੀ 23 ਲੱਖ ਦੀ ਆਬਾਦੀ ਵਿੱਚੋਂ ਬਹੁਤ ਸਾਰੇ ਲੋਕ ਦੱਖਣ ਵਿੱਚ ਫਸੇ ਹੋਏ ਨੇ ਲੜਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਇੱਕ ਹੋਰ ਅਸਥਾਈ ਜੰਗਬੰਦੀ ਤੇ ਗੱਲਬਾਤ ਦੀਆਂ ਉਮੀਦਾਂ ਮਦਮ ਪੈ ਗਈਆਂ ਨੇ ਇੱਕ ਹਫ਼ਤੇ ਤੋਂ ਚੱਲੀ ਜੰਗਬੰਦੀ ਸ਼ੁੱਕਰਵਾਰ ਨੂੰ ਖਤਮ ਹੋ ਗਈ ਇਸ ਦੌਰਾਨ ਗਾਜ਼ਾ ਵਿੱਚ ਬੰਦਕ ਬਣਾਏ ਗਏ ਦਰਜਨਾ ਇਜ਼ਰਾਈਲੀ ਅਤੇ ਵਿਦੇਸ਼ੀ ਨਾਗਰਿਕਾਂ ਤੇ ਇਜ਼ਰਾਈਲੀਆਂ ਦੁਆਰਾ ਕੈਦ ਕੀਤੇ ਗਏ ਫਲਸਤੀਨੀਆਂ ਨੂੰ ਰਿਹਾਅ ਕੀਤਾ ਗਿਆ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਸ਼ਨੀਵਾਰ ਰਾਤ ਨੂੰ ਇੱਕ ਸੰਬੋਧਨ ਦੇ ਵਿੱਚ ਕਿਹਾ ਅਸੀਂ ਉਦੋਂ ਤੱਕ ਜੰਗ ਜਾਰੀ ਰੱਖਾਂਗੇ ਜਦੋਂ ਤੱਕ ਅਸੀਂ ਸਾਰੇ ਟੀਚਾ ਨੂੰ ਪ੍ਰਾਪਤ ਨਹੀਂ ਕਰ ਲੈਂਦੇ ਉਹਨਾਂ ਨੇ ਅੱਗੇ ਕਿਹਾ ਉਹਨਾਂ ਟੀਚਾ ਨੂੰ ਪ੍ਰਾਪਤ ਕਰਨਾ ਜ਼ਮੀਨੀ ਕਾਰਵਾਈ ਤੋਂ ਬਿਨਾ ਅਸੰਭਵ ਹੈ ਐਤਵਾਰ ਨੂੰ ਇਜ਼ਰਾਈਲੀ ਫੌਜ ਨੇ ਖਾਨ ਯੂਨਿਸ ਅਤੇ ਆਲੇ ਦੁਆਲੇ ਦੇ ਹੋਰ ਖੇਤਰਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਜ਼ਰਾਈਲੀ ਬਲਾਂ ਨੇ ਉਹਨਾਂ ਨੂੰ ਦੱਖਣ ਵੱਲ ਰਫਾ ਜਾਂ ਦੱਖਣ ਪੱਛਮ ਵਿੱਚ ਕਿਸੇ ਤੱਟਵਰਤੀ ਖੇਤਰ ਵਿੱਚ ਜਾਣ ਦਾ ਆਦੇਸ਼ ਦਿੰਦੇ ਹੋਏ ਪਰਚੇ ਵੰਡੇ ਉਹਨਾਂ ਨੇ ਕਿਹਾ ਕਿ ਪਰਚੇ ਵਿੱਚ ਲਿਖਿਆ ਹੈ ਕਿ ਖਾਨ ਯੂਨਿਸ ਸ਼ਹਿਰ ਵਿੱਚ ਇੱਕ ਖਤਰਨਾਕ ਯੁੱਧ ਖੇਤਰ ਹੈ ਖਾਨ ਯੂਨਿਸ ਦੇ ਮੁਖਾਸਪ ਤਾਲ ਵਿੱਚ ਮੌਜੂਦ ਇੱਕ ਅਸੋਸੀਏਟਿਡ ਪ੍ਰੈਸ ਪੱਤਰਕਾਰ ਅਨੁਸਾਰ ਐਤਵਾਰ ਸਵੇਰੇ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਇੱਕ ਰਿਹਾਇਸ਼ੀ ਇਮਾਰਤ 'ਤੇ ਇਜ਼raਇਲੀ ਹਮਲੇ ਤੋਂ ਬਾਅਦ ਕਟੋ-ਕਟ 3 ਲਾਸ਼ਾਂ ਅਤੇ ਦਰਜਨਾਂ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਅਨਟੋਰੀਓ ਸੂਬੇ ਦੀ ਲਿਬਰਲ ਪਾਰਟੀ ਸੂਬਾਈ ਲੀਡਰ ਦੀ ਚੋਣ ਦੇ ਤੀਜੇ ਗੇੜ ਦੇ ਸਖਤ ਮੁਕਾਬਲੇ ਚ ਅਨਟੋਰੀਓ ਲਿਬਰਲ ਪਾਰਟੀ ਦੇ ਆਗੂ ਵਜੋਂ ਬੀਬੀ ਬੋਨੀ ਕ੍ਰੌਮੀ ਚੁਣੇ ਗਏ ਇਹਨਾਂ ਨੂੰ 6900 ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਮੁਕਾਬਲੇ ਨੈਟ ਸﻤਿਥ 6000 ਵੋਟਾਂ ਨਾਲ ਦੂਜੇ ਨੰਬਰ ਤੇ ਰਹੇ ਵੰਨਣ ਯੋਗ ਹੈ ਕਿ ਬੀਬੀ ਬੋਨੀ ਕ੍ਰੌਮੀ ਅਨਟੋਰੀਓ ਲਿਬਰਲ ਪਾਰਟੀ ਦੀ ਨਵੀਂ ਲੀਡਰ ਬਣਨ ਤੋਂ ਪਹਿਲਾਂ ਮਿਸਿਸ ਆਗਾ ਸ਼ਹਿਰ ਦੇ ਮੇਅਰ ਸਨ ਅਗਲੀ ਅਨਟੋਰੀਓ ਸੂਬੇ ਦੀਆਂ ਚੋਣਾਂ ਚੁਣਾ ਦਾ ਮੁਕਾਬਲਾ ਹੁਣ ਦੇ ਸੂਬਾ ਪ੍ਰੀਮੀਅਰ ਫੋਰਡ ਨਾਲ ਹੋਏਗਾ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ ਕਿ ਲਾਲ ਸਾਗਰ ਦੇ ਵਿੱਚ ਐਤਵਾਰ ਨੂੰ ਇੱਕ ਅਮਰੀਕੀ ਜੰਗੀ ਜਹਾਜ਼ ਅਤੇ ਕਈ ਕਾਰੋਬਾਰੀ ਜਹਾਜ਼ਾਂ ਤੇ ਹਮਲਾ ਹੋਇਆ ਜਿਸ ਨਾਲ ਇਜ਼ਰਾਈਲ ਹਮਾਸ ਯੁੱਧ ਨਾਲ ਜੁੜੇ ਮੱਧ ਪੂਰਬ ਦੇ ਵਿੱਚ ਸਮੁੰਦਰੀ ਹਮਲਿਆਂ ਦੀ ਲੜੀ 'ਚ ਵੱਡਾ ਵਾਧਾ ਹੋ ਸਕਦਾ ਹੈ ਪੈਂਟਾਗਨ ਨੇ ਇੱਕ ਬਿਆਨ ਚੁਕਾਇਆ ਕਿ ਅਸੀਂ ਲਾਲ ਸਾਗਰ ਵਿੱਚ ਅਮਰੀਕੀ ਫੌਜ ਦੇ ਕਾਰਨੀ ਅਤੇ ਵਪਾਰਕ ਜਹਾਜ਼ ਤੇ ਹਮਲਿਆਂ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ ਅਤੇ ਉਪਲਬਧ ਹੋਣ ਤੇ ਜਾਣਕਾਰੀ ਪ੍ਰਦਾਨ ਕਰਾਂਗੇ ਕਾਰਨੀਕ ਆੜਲੇ ਵਰਕ ਕਲਾਸ ਜੰਗੀ ਬੇੜਾ ਹੈ ਇਸ ਤੋਂ ਪਹਿਲਾਂ ਬ੍ਰਿਟਿਸ਼ ਫੌਜ ਨੇ ਪਹਿਲਾਂ ਕਿਹਾ ਸੀਗਾ ਕਿ ਲਾਲ ਸਾਗਰ ਵਿੱਚ ਉਸਤੇ ਕਾਰੋਬਾਰੀ ਜਹਾਜ਼ਾਂ ਤੇ ਸ਼ੱਕੀ ਡਰੋਨ ਹਮਲੇ ਅਤੇ ਧਮਾਕੇ ਹੋਏ ਨੇ ਪੈਂਟਾਗਨ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਿਸ ਨੇ ਕੀਤਾ ਹਾਲਾਂਕਿ ਯਮਨ ਦੇ ਇਰਾਨ ਸਮਰਥਿਤ ਹੁਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇੱਕ ਅਧਿਕਾਰਤ ਬਿਆਨ ਦੇ ਵਿੱਚ ਇਰਾਨ ਸਮਰਥਿਤ ਹੁਤੀ ਅੰਦੋਲਨ ਨੇ ਲਾਲ ਸਾਗਰ ਵਿੱਚ ਯਮਨ ਦੇ ਤੱਟ ਤੋਂ ਵਪਾਰਕ ਜਹਾਜ਼ਾਂ ਯੂਨਿਟੀ ਐਕਸਪਲੋਰਰ ਅਤੇ ਨੰਬਰ 9 ਨੂੰ ਨਿਸ਼ਾਨਾ ਬਣਾਉਣ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਦੋਵੇਂ ਜਹਾਜ਼ਾਂ ਨੇ ਯਮਨ ਦੀ ਜਲ ਸੈਨਾ ਦੇ ਚੇਤਾਵਨੀ ਸੰਦੇਸ਼ਾਂ ਨੂੰ ਰੱਦ ਕਰ ਦਿੱਤਾ ਜਿਸ ਤੋਂ ਬਾਅਦ ਇਸ ਮੁਹਿੰਮ ਨੂੰ ਜਿਹੜਾ ਹੈ ਚਲਾਇਆ ਗਿਆ ਯਮਨ ਦੇ ਹਥਿਆਰਬੰਦ ਇਜ਼ਰਾਈਲੀ ਜਹਾਜ਼ਾਂ ਨੂੰ ਲਾਲ ਸਾਗਰ ਅਤੇ ਅਰਬ ਸਾਗਰ ਵਿੱਚ ਚੱਲਣ ਤੋਂ ਉਦੋਂ ਤੱਕ ਰੋਕਦੇ ਰਹਿਣਗੇ ਜਦੋਂ ਤੱਕ ਗਾਜ਼ਾ ਪੱਟੀ ਵਿੱਚ ਸਾਡੇ ਭਰਾਵਾਂ ਵਿਰੁੱਧ ਇਜ਼ਰਾਈਲੀ ਹਮਲਾ ਬੰਦ ਨਹੀਂ ਹੋ ਜਾਂਦਾ ਬਿਆਨ ਚੱਗੇ ਕਿ ਜਮਨ ਦੇ ਹਥਿਆਰਬੰਦ ਬਲ ਸਾਰੇ ਇਜ਼ਰਾਈਲੀ ਜਹਾਜ਼ਾਂ ਜਾਂ ਇਜ਼ਰਾਈਲੀਆਂ ਨਾਲ ਜੁੜੇ ਲੋਕਾਂ ਨੂੰ ਚੇਤਾਵਨੀ ਦਿੰਦੇ ਨੇ ਕਿ ਜੇਕਰ ਉਹ ਇਸ ਬਿਆਨ ਅਤੇ ਜਮਨ ਦੇ ਹਥਿਆਰਬੰਦ ਬਲਾਵਲੋ ਜਾਰੀ ਪਿਛਲੇ ਬਿਆਨਾਂ ਦੀ ਉਲੰਘਣਾ ਕਰਦੇ ਨੇ ਤਾਂ ਉਹ ਜਾਇਜ਼ ਨਿਸ਼ਾਨਾ ਬਣ ਜਾਣਗੇ ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਜੰਗੀ ਬੇੜੇ ਨੇ ਦੋ ਡਰੋਨਾਂ ਨੂੰ ਰੋਕਿਆ ਜੋ ਉਸ ਵੱਲ ਜਾ ਰਹੇ ਸਨ ਅਮਰੀਕੀ ਜਹਾਜ਼ ਤੇ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਇੱਕ ਅਮਰੀਕੀ ਅਧਿਕਾਰੀ ਨੇ ਖੂਫੀਆ ਮਾਮਲਿਆਂ ਤੇ ਚਰਚਾ ਕਰਨ ਦੇ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਹਮਲਾ ਯਮਨ ਦੇ ਸਨਾ ਚ ਸਵੇਰੇ ਕਰੀਬ 10 ਵਜੇ ਸ਼ੁਰੂ ਹੋਇਆ ਤੇ ਇਹ 5 ਘੰਟੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਸੀ ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਰਾਖ ਦੀ ਮੋਟੀ ਪਰਤ ਛਾ ਗਈ ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਮਰਾਪੀ ਪਹਾੜ ਤੇ ਜਵਾਲਾਮੁਖੀ ਫਟਣ ਤੋਂ ਬਾਅਦ 11 ਪਰਵਤ ਰੁਈਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਘਟੋ-ਘਟ 22 ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਪੱਛਮੀ ਸੁਮਾਤਰਾ ਦੇ ਅਗਮ ਸੂਬੇ ਚ ਸਥਿਤ ਮਾਉਂਟ ਮਰਾਪੀ ਤੇ ਐਤਵਾਰ ਨੂੰ ਅਚਾਨਕ ਫੁੱਟਣ ਨਾਲ ਅਸਮਾਨ ਚ 3000 ਮੀਟਰ ਤੱਕ ਰਾਖ ਦੀ ਮੋਟੀ ਪਰਤ ਛਾ ਗਈ ਅਤੇ ਸਵਾਦ ਦਾ ਬੱਦਲ ਕਈ ਕਿਲੋਮੀਟਰ ਤੱਕ ਫੈਲ ਗਿਆ ਸ਼ਨੀਵਾਰ ਨੂੰ ਲਗਭਗ 75 ਪਰਵਤਾ ਰੁਈਆਂ ਨੇ 2900 ਮੀਟਰ ਉੱਚੇ ਪਹਾੜ ਤੇ ਚੜਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਫਸ ਗਏ ਸੀ ਪੈਂਡਾਂਗ ਵਿੱਚ ਸਥਾਨਕ ਖੋਜ ਅਤੇ ਬਚਾਅ ਏਜੰਸੀ ਦੇ ਅਧਿਕਾਰੀ ਹੈਰੀ ਨੇ ਕਿਹਾ ਕਿ ਉਹਨਾਂ ਵਿੱਚੋਂ 8 ਨੂੰ ਐਤਵਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਕੇਰੋਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋ ਵੱਤੋਂ ਵਿਖੇ ਸਥਿਤ ਪ੍ਰੋਸੈਸ ਮੀਟ ਦੀ ਫੈਕਟਰੀ ਵਿੱਚ ਕੱਢੇ ਗਏ 60 ਪੰਜਾਬੀ ਕਾਮੇ ਜੋ ਕਿ ਪਿਛਲੀ 16 ਅਕਤੂਬਰ ਤੋਂ ਧਰਨੇ ਤੇ ਬੈਠੇ ਹੋਏ ਹਨ ਫਿਲਹਾਲ ਨਿਰੰਤਰ ਉਹ ਧਰਨਾ ਚੱਲੀ ਹੈ ਕਿਉਂਕਿ ਉਹ ਪਿਛਲੇ 15-20 ਸਾਲਾਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੇ ਸੀ ਅਤੇ ਉਹਨਾਂ ਨੂੰ ਅਚਾਨਕ ਹੀ ਕੰਮ ਤੋਂ ਜਵਾਬ ਦੇ ਦਿੱਤਾ ਗਿਆ ਉਹਨਾਂ ਦੀ ਸੰਸਥਾ ਯੂ ਐਸ ਬੀ ਉਹਨਾਂ ਵੱਲੋਂ ਕਾਨੂੰਨੀ ਚਾਰਾ ਜੋਈ ਵੀ ਕਰ ਰਹੀ ਹੈ ਬੀਤੇ ਕੱਲੇ ਇਹਨਾਂ ਵੀਰਾਂ ਵੱਲੋਂ ਕ੍ਰੇਮੋਨਾ ਸ਼ਹਿਰ ਵਿਖੇ ਇੱਕ ਵਿਸ਼ਾਲ ਮਜ਼ਹਾਰਾ ਕਰਨ ਦਾ ਐਲਾਨ ਕੀਤਾ ਗਿਆ ਜੋ ਕਿ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਕੱਢਿਆ ਗਿਆ ਜਨਤਕ ਸੰਸਥਾ ਅਨੁਸਾਰ ਲੰਬਰਦਾਰੀਆਂ ਸੂਬੇ ਤੋਂ ਪੰਜਾਬੀ ਭਾਰਤੀ ਪਾਈ ਚਾਰੇ ਨੇ ਉਹਨਾਂ ਦਾ ਖੂਬ ਸਾਥ ਦਿੱਤਾ ਇਸ ਤੋਂ ਇਲਾਵਾ ਲੰਬਾਰਦੀਆ ਸਤੂਬੇ ਦੇ ਯੂਐਸਬੀ ਦੇ ਮੈਂਬਰਾਂ ਨੇ ਵੀ ਉਹਨਾਂ ਦਾ ਭਰਪੂਰ ਸਾਥ ਦਿੱਤਾ ਪੰਜਾਬੀ ਅਤੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਹਨਾਂ ਵੀਰਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਹੋਰਨਾ ਭਾਈਚਾਰਿਆਂ ਜਿਵੇਂ ਕਿ ਅਰਬ ਕੰਟਰੀ ਦੇ ਤੇਖ ਹੋਰ ਵੀ ਜਿਹੜੇ ਮੁਜ਼ਾਰੇ ਵਿੱਚ ਲੋਕ ਪਹੁੰਚ ਰਹੇ ਨੇ ਉਹਨਾਂ ਨੇ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਪਿਛਲੇ 45 ਦਿਨਾਂ ਤੋਂ ਰੋਜ਼ ਪ੍ਰਦਰਸ਼ਨ ਤੇ ਲੋਕ ਧਰਨਾ ਦੇ ਰਹੇ ਨੇ ਇਹ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ 45 ਦਿਨਾਂ ਤੱਕ ਕੋਈ ਵੀ ਆਪਣੀ ਆਵਾਜ਼ ਨਹੀਂ ਹਟਾਉਂਦਾ ਜਦੋਂ ਕਿ ਤੁਸੀਂ ਇੱਥੇ ਤਰਨੇ ਦੌਰਾਨ ਆਪਣੇ ਮਜ਼ਬੂਤ ਹੋਣ ਦਾ ਸਬੂਤ ਦੇ ਰਹੇ ਹੋ ਔਰ ਨਾਲ ਦੇ ਨਾਲ ਅਰਬੀ ਭਾਈਚਾਰੇ ਵੀਰਾ ਨੇ ਇਸ ਗੱਲ ਦਾ ਵੀ ਬਹੁਤ ਜ਼ਿਕਰ ਕੀਤਾ ਤੇ ਪ੍ਰਸ਼ੰਸਾ ਕੀਤੀ ਹੈ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਸਾਡਾ ਅਧਿਕਾਰ ਹੈ ਤੇ ਅਸੀਂ ਤੁਹਾਡਾ ਜਿਹੜਾ ਸਾਥ ਹੈ ਉਹ ਦਿੰਦੇ ਰਵਾਂਗੇ। ਫਰਾਂਸ ਦੀ ਪੁਲਿਸ ਨੇ ਸ਼ਨੀਵਾਰ ਰਾਤ ਪੈरिस ਵਿੱਚ ਰਾਹਾਗੀਰ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਸ ਘਟਨਾ ਵਿੱਚ ਮਲਜ਼ਮਾਨਿਕ ਜਰਮਨ ਸਲਾਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਦੋ ਹੋਰ ਜ਼ਖਮੀ ਹੋ ਗਏ ਸੀ। ਫਰਾਂਸ ਦੇ ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਇੱਕ 25 ਸਾਲਾ ਫ੍ਰਾਂਸੀਸੀ ਵਿਅਕਤੀ ਨੂੰ ਫੜ ਲਿਆ ਹੈ ਮਲਜ਼ਮ ਪਹਿਲਾ ਵਿਹਿੰਸਕ ਜੁਰਮ ਦੇ ਵਿੱਚ 4 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਫ੍ਰਾਂਸ ਦੇ ਗ੍ਰਹਿ ਮੰਤਰੀ ਗਿਰਾਲਡ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਵਿਸ਼ੇਸ਼ ਤੌਰ ਤੇ ਫਲਸਤੀਨੀ ਖੇਤਰਾਂ 'ਚ ਮੁਸਲਮਾਨਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਦਾਵਾ ਕੀਤਾ ਕਿ ਫ੍ਰਾਂਸ ਇੱਕ ਸਹਿਯੋਗੀ ਸੀ ਹਮਲਾਵਾਰ ਨੇ ਅੱਲਾਹੁ ਅਕਬਰ ਦੇ ਨਾਰੇ ਵੀ ਲਾਏ ਉਹ ਵਿਅਕਤੀ ਦੂਜਿਆਂ ਨੂੰ ਮਾਰਨ ਦੇ ਲਈ ਤਿਆਰ ਸੀ ਦੱਸਦੀ ਕਿ ਹਮਲਾਵਾਰ ਚਾਕੂ ਲੈ ਕੇ ਜਰਮਨ ਜੋੜੇ ਦੇ ਪਿੱਛੇ ਭੱਜਿਆ ਘਟਨਾ ਵਿੱਚ ਉਨ੍ਹਾਂ ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਉਸਨੇ ਦੋ ਹੋਰ ਲੋਕਾਂ ਨੂੰ ਹਥੌੜੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਔਰ ਇਸ ਤੋਂ ਬਾਅਦ ਇਸ ਖਬਰ ਦੀ ਪੂਰੇ ਵਿਸ਼ਵ ਦੇ ਵਿੱਚ ਚਰਚਾ ਜਿਹੜੀ ਹੈ ਹੋ ਰਹੀ ਹੈ ਕਿਉਂਕਿ ਪੈਰਿਸ ਜਿਹੜਾ ਹੈ ਉਹ ਕਾਫੀ ਮਕਬੂਲ ਹੈ ਟ੍ਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਅਨਟਾਰੀਓ ਦੀ ਕਾਰ ਜੈਕਿੰਗ ਟਾਸਕ ਫੋਰਸ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਇਟੋਬੀਕੋ ਵਿੱਚ ਇੱਕ ਗੱਡੀ ਚੋਰੀ ਹੋਣ ਤੋਂ ਬਚਾਈ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਰਾਤੀ 10:23 ਮਿੰਟ ਤੇ ਸ਼ੇਅਰਵੇ ਗਾਰਡਸ ਨੇੜੇ ਕੋਇਨਜ਼ ਵੇ ਤੇ ਨਾਰਥ ਕੁਇਨ ਸਟਰੀਟ ਇਲਾਕੇ ਵਿੱਚ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਦੇ ਕੇ ਸਦਿਆ ਗਿਆ ਪੁਲਿਸ ਨੇ ਦੱਸਿਆ ਕਿ ਗੱਡੀ ਦੇ ਮਾਲਕ ਨੇ ਇਸ ਇਲਾਕੇ ਵਿੱਚ ਆਪਣੀ ਗੱਡੀ ਪਾਰਕ ਕੀਤੀ ਹੋਈ ਸੀ ਜਦੋਂ ਇੱਕ مشکوک ਨੇ ਉਸ ਕੋਲ ਆ ਕੇ ਉਸ ਉੱਤੇ ਹਮਲਾ ਕਰ ਦਿੱਤਾ مشکوک ਦੀ ਪਛਾਣ ਟੋਰਾਂਟੋ ਦੇ 35 ਸਾਲਾ ਲੂਈ ਹੌਜ ਵਜੋਂ ਹੋਈ ਹੈ ਤੇ ਉਸ ਵੱਲੋਂ ਹੀ ਇਸ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪ੍ਰੋਵੈਂਸ਼ੀਅਲ ਕਾਰ ਜੈਕਿੰਗ ਜੁਆਇੰਟ ਟਾਸਕ ਫੋਰਸ ਦੇ ਮੈਂਬਰਾਂ ਨੇ ਮੌਕੇ ਉੱਤੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੌਜ ਨੂੰ ਡਾਕਾ ਮਾਰਨ ਤੇ 5000 ਡਾਲਰ ਤੋਂ ਵੱਧ ਦੇ ਜ਼ੁਰਮ ਦੇ ਨਾਲ ਹਾਸਲ ਕੀਤੀ ਸੰਪਤੀ ਰੱਖਣ ਲਈ ਚਾਰਜ ਕੀਤਾ ਗਿਆ ਹੈ ਪੇਸ਼ਾਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुणਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬੀ US TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ